ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 28 ਦਸੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖ਼ਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫ੍ਰੀ ਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖ਼ਬਰਾਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਦੀ ਟ੍ਰਾਂਜ਼ੀਸ਼ਨ ਪ੍ਰੋਸੈਸ ਦੇ ਵਿੱਚ ਪੂਰੀ ਮਦਦ ਕਰ ਰਹੇ ਹਨ। ਮਸ਼ਹੂਰ ਗਾਇਕਾ ਡੇਬੀ ਰੈਨਲਡਸ ਦੀ 84 ਸਾਲ ਦੀ ਉਮਰ 'ਚ ਮੌਤ। ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਇਨਵਾਇਰਮੈਂਟਲ ਲੈਗਸੀ ਵਧਾਉਂਦੇ ਹੋਏ ਨਿਵਾਡਾ ਅਤੇ ਯੂਟਾ ਦੇ ਵਿੱਚ ਨਵੇਂ ਮੋਨੂਮੈਂਟ ਜੋੜੇ। ਡੋਨਲਡ ਟਰੰਪ ਨੇ ਕਿਹਾ ਕਿ ਸਪ੍ਰਿੰਟ ਅਤੇ ਵਨ ਵੈਬ ਕੰਪਨੀਜ਼ ਉਹਨਾਂ ਦੇ ਕਰਕੇ ਅਮੈਰੀਕਾ ਦੇ ਵਿੱਚ 8,000 ਨੌਕਰੀਆਂ ਲੈ ਕੇ ਆ ਰਹੀਆਂ ਹਨ। ਜਰਮਨੀ ਨੇ ਬਾਰਡਰ 'ਤੇ ਉੱਤੋਂ 20,000 ਮਾਈਗ੍ਰੈਂਟਸ ਵਾਪਸ ਕੱਲੇ ਅਤੇ ਵਲੰਟੀਅਰ ਤੌਰ ਦੇ ਉੱਤੇ 55,000 ਮਾਈਗ੍ਰੈਂਟਸ ਨੇ ਜਰਮਨੀ ਛੱਡਿਆ। ਕੈਲੀਫੋਰਨੀਆ ਦੇ ਵਿੱਚ ਨਵੇਂ ਸੈੱਲਫੋਨ ਨਿਯਮ 1 ਜਨਵਰੀ 2017 ਤੋਂ ਲਾਗੂ ਹੋਣਗੇ। ਹੁਣ ਖ਼ਬਰਾਂ ਵਿਸਥਾਰ ਦੇ ਨਾਲ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਚੱਲ ਰਹੇ ਟ੍ਰਾਂਜ਼ੀਸ਼ਨ ਪ੍ਰੋਸੈਸ ਨੂੰ ਹੁਣ ਠੀਕ ਠਾਕ ਦੱਸਿਆ ਹੈ। ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਇਹ ਬਿਆਨ ਜਾਰੀ ਕੀਤਾ ਸੀ ਕਿ ਓਬਾਮਾ ਪ੍ਰਸ਼ਾਸਨ ਉਹਨਾਂ ਦੇ ਟ੍ਰਾਂਜ਼ੀਸ਼ਨ ਪ੍ਰੋਸੈਸ ਦੇ ਵਿੱਚ ਬਿਲਕੁਲ ਵੀ ਸਹਿਯੋਗ ਨਹੀਂ ਕਰ ਰਿਹਾ ਅਤੇ ਜਾਣਬੁੱਝ ਕੇ ਪਾਵਰ ਟ੍ਰਾਂਜ਼ੀਸ਼ਨ ਦੇ ਵਿੱਚ ਅੜਿੱਕੇ ਲਾ ਰਿਹਾ ਹੈ। ਪਰ ਅੱਜ ਡੋਨਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਵਧੀਆ ਗੱਲਬਾਤ ਕਰ ਰਹੇ ਹਨ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਹਨ। ਡੋਨਲਡ ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਮੁਤਾਬਿਕ ਉਹਨਾਂ ਨੇ ਦੇਸ਼ ਦੇ ਕਾਫ਼ੀ ਸਾਰਿਆਂ ਮੁੱਦਿਆਂ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਕਈ ਮੁੱਦੇ ਕਵਰ ਹੋ ਚੁੱਕੇ ਹਨ। ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਕੀਤੀ ਗਈ ਟਿੱਪਣੀ, ਜਿਸ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਕਿਹਾ ਸੀ ਕਿ ਜੇਕਰ ਉਹ ਡੋਨਲਡ ਟਰੰਪ ਦੇ ਖਿਲਾਫ਼ ਚੋਣ ਲੜਦੇ ਤਾਂ ਉਹ ਚੋਣ ਜਿੱਤ ਜਾਂਦੇ। ਇਸ ਦੇ ਉੱਤੇ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਇਹ ਪਤਾ ਕਰ ਪਾਉਣਾ ਮੁਸ਼ਕਲ ਹੈ ਕਿ ਕੌਣ ਜਿੱਤਦਾ, ਕਿਉਂਕਿ ਅਜਿਹਾ ਕਦੇ ਵੀ ਹੋ ਨਹੀਂ ਸਕਦਾ ਕਿ ਇਹ ਦੋਨੇ ਇੱਕ ਦੂਸਰੇ ਦੇ ਖਿਲਾਫ਼ ਰਾਸ਼ਟਰਪਤੀ ਦੀ ਚੋਣ ਲੜਨ। ਹਾਲਾਂਕਿ ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਟਵੀਟ ਕੀਤਾ ਸੀ ਕਿ ਇਹ ਕਦੇ ਵੀ ਪੋਸੀਬਲ ਨਹੀਂ ਹੈ ਅਤੇ ਜੇਕਰ ਰਾਸ਼ਟਰਪਤੀ ਬਰਾਕ ਓਬਾਮਾ ਡੋਨਲਡ ਟਰੰਪ ਦੇ ਖਿਲਾਫ਼ ਖੜ੍ਹਦੇ ਤਾਂ ਉਹਨਾਂ ਨੇ ਵੀ ਹਾਰ ਜਾਣਾ ਸੀ। ਮਸ਼ਹੂਰ ਗਾਇਕਾ ਡੈਬੀ ਰੈਨਲਡਸ ਦਾ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਡੈਬੀ ਰੈਨਲਡਸ 1952 ਦੇ ਵਿੱਚ ਸਿੰਗਿੰਗ ਇਨ ਦਾ ਰੇਨ ਤੋਂ ਬਾਅਦ ਦੇ ਵਿੱਚ ਫੇਮ ਦੇ ਵਿੱਚ ਆਈ ਸੀ। ਡੈਬੀ ਰੈਨਲਡਸ ਆਪਣੇ ਜ਼ਮਾਨੇ ਦੀ ਮਸ਼ਹੂਰ ਗਾਇਕਾ ਅਤੇ ਡਾਂਸਰ ਰਹੀ ਹੈ। ਉਹਨਾਂ ਦਾ ਇਹ ਦੇਹਾਂਤ ਉਹਨਾਂ ਦੀ ਬੇਟੀ ਹਾਲੀਵੁੱਡ ਐਕਟਰੈਸ ਕੈਰੀ ਫਿਸ਼ਰ ਦੀ ਮੌਤ ਤੋਂ ਠੀਕ ਇੱਕ ਦਿਨ ਬਾਅਦ ਹੋਇਆ। ਕੈਰੀ ਫਿਸ਼ਰ ਕੱਲ੍ਹ 60 ਸਾਲ ਦੀ ਉਮਰ ਪੂਰੀ ਕਰਦੇ ਹੋਏ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਕੈਰੀ ਫਿਸ਼ਰ ਸਟਾਰ ਵਾਰਜ਼ ਮੂਵੀ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਚੁੱਕੀ ਸੀ। ਡੈਬੀ ਰੈਨਲਡਸ ਦੇ ਬੇਟੇ ਨੇ ਮੀਡੀਆ ਨੂੰ ਦੱਸਿਆ ਕਿ ਕੈਰੀ ਫਿਸ਼ਰ ਦੀ ਮੌਤ ਤੋਂ ਬਾਅਦ 'ਚ ਡੈਬੀ ਰੈਨਲਡਸ ਕਾਫ਼ੀ ਸਦਮੇ ਦੇ ਵਿੱਚ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਡੈਬੀ ਰੈਨਲਡਸ 1950 ਤੋਂ ਲੈ ਕੇ 1967 ਦੇ ਵਿੱਚ ਲਗਭਗ 30 ਮਿਊਜ਼ੀਕਲ ਮੂਵੀਜ਼ ਕਰ ਚੁੱਕੀ ਸੀ ਅਤੇ ਕਈ ਕਾਮੇਡੀ ਸ਼ੋਅਜ਼ ਦੇ ਵਿੱਚ ਵੀ ਉਸਨੇ ਹਿੱਸਾ ਲਿਆ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਬੁੱਧਵਾਰ ਨੂੰ ਦੋ ਨਵੇਂ ਨੈਸ਼ਨਲ ਮੋਨੂਮੈਂਟ ਬਣਾਉਂਦੇ ਹੋਏ ਯੂਟਾ ਦੀ ਸੈਕਰਡ ਟ੍ਰਾਈਬਲ ਸਾਈਟ ਸਾਊਥ ਈਸਟਰਨ ਯੂਟਾ ਦੇ ਵਿੱਚ ਅਤੇ ਨਿਵਾਡਾ ਦੇ ਰੇਗਿਸਤਾਨ ਸਵਾਤ ਦੇ ਵਿੱਚ ਇਹ ਦੋ ਨੈਸ਼ਨਲ ਮੋਨੂਮੈਂਟ ਜੋੜੇ। ਕਈ ਸਾਲਾਂ ਦੀ ਰਾਜਨੀਤਿਕ ਲੜਾਈ ਤੋਂ ਬਾਅਦ 'ਚ ਇਹਨਾਂ ਨੂੰ ਨੈਸ਼ਨਲ ਮੋਨੂਮੈਂਟ ਦੇ ਅੰਦਰ ਲੈ ਕੇ ਆਇਆ ਗਿਆ। ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਇਨਵਾਇਰਮੈਂਟ ਲੈਗਸੀ ਦੇ ਤਹਿਤ ਪੂਰੇ ਰਾਸ਼ਟਰਪਤੀ ਸ਼ਾਸਨ ਕਾਲ ਦੇ ਦੌਰਾਨ ਕਈ ਸਾਰੇ ਨੈਸ਼ਨਲ ਮੋਨੂਮੈਂਟ ਬਣਾਉਣ ਦੇ ਵਿੱਚ ਸਫਲ ਰਹੇ ਅਤੇ ਉਹਨਾਂ ਨੇ ਆਪਣੇ
ਨੇ ਪੂਰੇ ਸ਼ਾਸਨ ਕਾਲ 'ਚ 29 ਨੈਸ਼ਨਲ ਮੋਨੂਮੈਂਟ ਬਚਾਏ, ਜਿਸ ਦੇ ਤਹਿਤ ਉਹ ਹੁਣ 553 ਮਿਲੀਅਨ ਏਕੜ ਫੈਡਰਲ ਲੈਂਡ ਅਤੇ ਵਾਟਰ ਨੂੰ ਪ੍ਰੋਟੈਕਟ ਕਰਨਗੇ। ਜਿੱਥੇ ਕਿ ਇਨਵਾਇਰਮੈਂਟਲ ਗਰੁੱਪਸ ਨੇ ਇਸ ਕਦਮ ਦੀ ਸਰਾਹਨਾ ਕੀਤੀ ਹੈ, ਉੱਥੇ ਹੀ ਕਈ ਆਲੋਚਕ ਇਸ ਦੀ ਇਹ ਕਹਿ ਕੇ ਆਲੋਚਨਾ ਕਰ ਰਹੇ ਹਨ ਕਿ ਇੱਕ ਹਿਸਾਬ ਨਾਲ ਫੈਡਰਲ ਗੌਰਮੈਂਟ ਸਟੇਟ ਗੌਰਮੈਂਟ ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰਦੀ ਜਾ ਰਹੀ ਹੈ। ਅਤੇ ਉਹਨਾਂ ਨੇ ਦੱਸਿਆ ਕਿ ਇਨਵਾਇਰਮੈਂਟਲ ਫੋਰਸਿਸ ਹੁਣ ਕਈ ਜਗ੍ਹਾ ਦੇ ਉੱਤੇ ਸਟੇਟ ਲੈਂਡ ਦੇ ਉੱਤੇ ਕਬਜ਼ਾ ਕਰਨ ਨੂੰ ਵਧਣ ਸਕਦੀਆਂ ਹਨ। ਓਬਾਮਾ ਨੇ ਜੋ ਨਵੇਂ ਮੋਨੂਮੈਂਟ ਫੈਡਰਲ ਲੈਂਡ ਦੇ ਅੰਦਰ ਜੋੜੇ ਉਹ ਇਸ ਸਮੇਂ ਕਾਫ਼ੀ ਖਤਰੇ ਦੇ ਵਿੱਚ ਦਿਖਾਈ ਦੇ ਰਹੇ ਸਨ। ਯੂਟਾ ਦੇ ਵਿੱਚ ਗੌਰਮੈਂਟ ਨੇ ਇਸ ਲੈਂਡ ਦਾ 2/3 ਹਿੱਸਾ ਆਉਣ ਕੀਤਾ ਹੈ ਅਤੇ ਬਾਕੀ ਰਹਿੰਦਾ ਨਿਵਾਡਾ ਦੀ ਡੈਜ਼ਰਟ ਦੇ ਵਿੱਚ ਆਉਂਦਾ ਹੈ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਉੱਥੋਂ ਦੇ ਲੋਕਲ ਲੋਕ ਵੀ ਇਸ ਲੈਂਡ ਦੀ ਯੂਜ਼ ਨੂੰ ਲੈ ਕੇ ਵੱਖ ਵੱਖ ਵਿਚਾਰ ਰੱਖਦੇ ਹਨ। ਜੇਕਰ ਰਾਸ਼ਟਰਪਤੀ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਜਾਰਜ ਬੁਸ਼ ਨੇ 214 ਏਕੜਸ ਆਫ ਵਾਟਰ ਵਾਲੀ ਜਗ੍ਹਾ ਫੈਡਰਲ ਲੈਂਡ ਦੇ ਅੰਡਰ ਕੀਤੀ ਸੀ ਅਤੇ ਬਿਲ ਕਲਿੰਟਨ ਨੇ 5 ਮਿਲੀਅਨ ਲੈਂਡ ਫੈਡਰਲ ਏਰੀਆ ਦੇ ਅੰਡਰ ਕੀਤੀ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ 550 ਮਿਲੀਅਨ ਵਾਟਰ ਏਕੜ ਅਤੇ 1.65 ਮਿਲੀਅਨ ਲੈਂਡ ਵਾਲੀ ਜ਼ਮੀਨ ਫੈਡਰਲ ਗੌਰਮੈਂਟ ਦੇ ਅੰਡਰ ਕੀਤੀ ਹੈ। ਇਸ ਸਕੀਮ ਦੇ ਤਹਿਤ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਆ ਰਹੇ ਖਤਰੇ ਤੋਂ ਬਚਾਇਆ ਜਾਂਦਾ ਹੈ ਅਤੇ ਇਸ ਦੀ ਦੇਖਰੇਖ ਫੈਡਰਲ ਗੌਰਮੈਂਟ ਦੁਆਰਾ ਕੀਤੀ ਜਾਂਦੀ ਹੈ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਇਹ ਕਿਹਾ ਕਿ ਟੈਲੀਕਮਿਊਨੀਕੇਸ਼ਨ ਗਰੁੱਪ ਸਪ੍ਰਿੰਟ ਕਾਰਪੋਰੇਸ਼ਨ ਅਤੇ US ਸੈਟੇਲਾਈਟ ਕੰਪਨੀ ਵਨ ਵੈੱਬ ਉਹਨਾਂ ਦੇ ਚੱਲਦੇ 8,000 ਜੌਬਸ US ਦੇ ਵਿੱਚ ਲੈ ਕੇ ਆ ਰਹੀ ਹੈ। ਪਰ ਇਹ ਕੰਪਨੀ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਇਹ ਪਹਿਲਾਂ ਤੋਂ ਹੀ ਇੱਕ ਡਿਸਕਲੋਜ਼ਡ ਪਲੈਜ ਜਪਾਨ ਦੇ ਸੌਫਟਬੈਂਕ ਗਰੁੱਪ ਕਾਰਪੋਰੇਸ਼ਨ ਦੁਆਰਾ ਕੀਤੀ ਗਈ ਸੀ। ਦੋਨਾਂ ਕੰਪਨੀਜ਼ ਦੇ ਵਿੱਚ ਸੌਫਟਬੈਂਕ ਦਾ ਸ਼ੇਅਰ ਹੈ ਅਤੇ ਉਸਦੇ ਬਿਲੀਨੀਅਰ ਬਿਜ਼ਨਸਮੈਨ ਮਾਯੋਸ਼ੀ ਸੋਨ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ US ਦੇ ਵਿੱਚ $50 ਬਿਲੀਅਨ ਇਨਵੈਸਟ ਕਰਨਗੇ, ਜਿਸ ਦੇ ਕਾਰਨ ਤਕਰੀਬਨ 50,000 ਨੌਕਰੀਆਂ US ਦੇ ਵਿੱਚ ਪੈਦਾ ਹੋਣਗੀਆਂ। ਸਪ੍ਰਿੰਟ ਕੰਪਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਜਨਵਰੀ ਦੇ ਵਿੱਚ ਤਕਰੀਬਨ 2,500 ਨੌਕਰੀਆਂ ਕੱਟ ਕਰਨਗੇ, ਜੋ ਕਿ ਉਸਦੀ 2.5 ਬਿਲੀਅਨ ਕੋਸਟ ਬਚਾਏਗੀ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ March 2018 ਤੱਕ 5,000 ਨੌਕਰੀਆਂ ਹੋਰ ਪੈਦਾ ਕਰਨਗੇ। ਜਿੱਥੇ ਕਿ ਡੋਨਲਡ ਟਰੰਪ ਇਹ 5,000 ਨੌਕਰੀਆਂ ਦਾ ਸਿਹਰਾ ਆਪਣੇ ਸਿਰ ਬੰਨ੍ਹਦੇ ਹੋਏ ਨਜ਼ਰ ਆਏ, ਉੱਥੇ ਹੀ ਕੰਪਨੀ ਨੇ ਇਹ ਕਿਹਾ ਕਿ ਇਹ ਪਹਿਲਾਂ ਤੋਂ ਹੀ ਇੱਕ ਡਿਸਕਲੋਜ਼ਡ ਡੀਲ ਜਪਾਨ ਦੀ ਕੰਪਨੀ ਸੌਫਟਬੈਂਕ ਦੁਆਰਾ ਕੀਤੀ ਗਈ ਸੀ। ਜਰਮਨੀ ਦੇ ਵਿੱਚ ਤਕਰੀਬਨ 20,000 ਮਾਈਗ੍ਰੈਂਟਸ ਨੂੰ ਬਾਰਡਰ ਦੇ ਉੱਤੇ ਰੋਕਿਆ ਗਿਆ ਅਤੇ ਜਰਮਨੀ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਲਗਭਗ 55,000 ਨਿਵਾਸੀਆਂ ਨੇ ਵਾਪਸ ਆਪਣੇ ਦੇਸ਼ ਜਾਣ ਦਾ ਫੈਸਲਾ ਲਿਆ ਹੈ ਅਤੇ ਉਹਨਾਂ ਨੇ ਵਲੰਟੀਅਰ ਤੌਰ ਦੇ ਉੱਤੇ ਡਿਪੋਰਟੇਸ਼ਨ ਐਕਸੈਪਟ ਕੀਤੀ। ਇਸ ਤੋਂ ਪਹਿਲਾਂ ਪਿਛਲੇ ਸਾਲ 25,000 ਲੋਕ ਜਰਮਨ ਦੁਆਰਾ ਆਪਣੇ ਦੇਸ਼ਾਂ ਦੇ ਵਿੱਚ ਡਿਪੋਰਟ ਕੀਤੇ ਗਏ ਸਨ। ਵਾਪਸ ਜਾ ਰਹੇ ਇਹਨਾਂ ਲੋਕਾਂ ਦੇ ਵਿੱਚ 15,000 ਲੋਕ ਅਲਬਾਨੀਆ ਦੇ, 5,000 ਸਰਬੀਆ ਦੇ, ਕੋਸਵੋ, ਇਰਾਕ ਅਤੇ ਹੋਰ ਕਈ ਦੇਸ਼ਾਂ ਦੇ ਲੋਕ ਹਨ। ਜਰਮਨੀ ਸਰਕਾਰ ਨੇ ਦੱਸਿਆ ਕਿ ਇਹਨਾਂ ਸਾਰੇ ਲੋਕਾਂ ਦੀ ਜਰਮਨੀ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦੀ ਸੰਭਾਵਨਾ ਬਿਲਕੁਲ ਹੀ ਖਤਮ ਹੈ ਅਤੇ ਇਹਨਾਂ ਨੂੰ ਹੌਲੀ ਹੌਲੀ ਪਰਮਾਨੈਂਟ ਬੈਨ ਕਰਕੇ ਡਿਪੋਰਟ ਕੀਤਾ ਜਾਏਗਾ, ਪਰ ਕਈ ਲੋਕ ਉਸ ਤੋਂ ਪਹਿਲਾਂ ਹੀ ਵਲੰਟੀਅਰ ਤੌਰ ਦੇ ਉੱਤੇ ਡਿਪੋਰਟ ਹੋ ਰਹੇ ਹਨ। ਜਰਮਨੀ ਨੇ September 2015 ਦੇ ਵਿੱਚ ਬਾਰਡਰ ਕੰਟਰੋਲਸ ਇੱਕ ਵਾਰੀ ਫਿਰ ਰੀਇੰਪੋਜ਼ ਕੀਤੇ ਸਨ, ਜਿਸ ਤੋਂ ਬਾਅਦ ਦੇ ਵਿੱਚ ਕਈ ਲੋਕ ਜਰਮਨੀ ਦੇ ਬਾਰਡਰ ਦੇ ਉੱਤੇ ਰੋਕੇ ਗਏ। ਜਰਮਨੀ ਦੇ ਵਿੱਚ ਹਾਲ ਹੀ ਦੇ ਵਿੱਚ ਬਾਹਰਲੇ ਦੇਸ਼ ਤੋਂ ਅਸਾਈਲਮ ਦੇ ਉੱਤੇ ਆਏ ਲੋਕਾਂ ਦੇ ਦੁਆਰਾ ਕੀਤੀਆਂ ਗਈਆਂ ਅੱਤਵਾਦੀ ਘਟਨਾਵਾਂ ਤੋਂ ਬਾਅਦ ਦੇ ਵਿੱਚ ਵੀ ਜਰਮਨੀ 'ਚ ਮਾਈਗ੍ਰੈਂਟਸ ਨੂੰ ਲੈ ਕੇ ਕਾਫ਼ੀ ਰੂਲ ਬਦਲੇ ਜਾ ਰਹੇ ਹਨ ਅਤੇ ਜਰਮਨੀ ਨੇ ਕਿਹਾ ਹੈ ਕਿ ਉਹ ਆਪਣੇ ਬਾਰਡਰ ਕੰਟਰੋਲਸ ਹੋਰ ਜ਼ਿਆਦਾ ਸਖ਼ਤ ਕਰੇਗੀ ਤਾਂ ਕਿ ਦੁਬਾਰਾ ਕੋਈ ਅੱਤਵਾਦੀ ਜਰਮਨੀ ਦੇ ਸੌਖੇ ਰੂਲਸ ਦਾ ਸਹਾਰਾ ਲੈ ਕੇ ਯੂਰਪ ਦੇ ਅੰਦਰ ਨਾ ਐਂਟਰੀ ਕਰ ਸਕੇ। 1 ਜਨਵਰੀ 2017 ਤੋਂ ਕੈਲੀਫੋਰਨੀਆ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਸ ਦੇ ਤਹਿਤ ਸੈੱਲਫੋਨਸ ਨੂੰ ਲੈ ਕੇ ਕਾਨੂੰਨ ਦੇ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਹਨ। ਲਾਗੂ ਹੋਣ ਜਾ ਰਹੇ ਇਹਨਾਂ ਨਿਯਮਾਂ ਦੇ ਤਹਿਤ ਕਾਰ ਚਲਾਉਂਦੇ ਸਮੇਂ ਹੁਣ ਤੁਸੀਂ ਹੱਥ ਦੇ ਵਿੱਚ ਸੈੱਲਫੋਨ ਨਹੀਂ ਫੜ ਸਕਦੇ। ਨਵੇਂ ਲਾਜ਼ ਦੇ ਮੁਤਾਬਿਕ ਕਾਰ ਚਲਾਉਂਦੇ ਹੋਏ ਸੈੱਲਫੋਨ ਭਾਵੇਂ ਤੁਸੀਂ ਸਪੀਕਰਫੋਨ ਔਨ ਕਰਕੇ ਫੜਿਆ ਹੋਇਆ ਹੈ ਜਾਂ ਫਿਰ ਤੁਸੀਂ ਗੂਗਲ ਮੈਪਸ ਜਾਂ ਫਿਰ GPS ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਏ ਫੋਨ ਹੱਥ ਦੇ ਵਿੱਚ ਰੱਖਿਆ ਹੋਇਆ ਹੈ ਤਾਂ ਇਸ 'ਤੇ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ। ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਜੁਰਮਾਨੇ ਦੀ ਰਾਸ਼ੀ $160 ਤੋਂ $190 ਤੱਕ ਪਹਿਲੀ ਵਾਰੀ ਫੜੇ ਜਾਣ 'ਤੇ ਹੋਵੇਗੀ ਅਤੇ ਜੇਕਰ ਦੁਬਾਰਾ ਫਿਰ ਇਸੇ ਗਲਤੀ ਦੇ ਕਾਰਨ ਫੜੇ ਗਏ ਤਾਂ ਇਹ ਜੁਰਮਾਨਾ ਡਬਲ ਹੋ ਜਾਏਗਾ। ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਗੱਡੀ ਚਲਾਉਂਦੇ ਹੋਏ
ਡਰਾਈਵਰ ਦਾ ਧਿਆਨ ਵਟਾਉਂਦੀਆਂ ਨੇ ਅਤੇ ਇਸ ਦੇ ਕਾਰਨ ਹਾਦਸੇ ਹੋ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਫੋਨ ਜਾਂ ਤਾਂ ਡੈਸ਼ਬੋਰਡ 'ਤੇ ਜਾਂ ਫਿਰ ਵਿੰਡਸ਼ੀਲਡ ਦੇ ਉੱਤੇ ਲਾ ਸਕਦੇ ਹਨ, ਜਿਸ ਦੇ ਨਾਲ GPS ਡਾਇਰੈਕਸ਼ਨਸ ਦੇਖਣ ਦੇ ਵਿੱਚ ਮਦਦ ਹੋ ਸਕੇ। ਉਹਨਾਂ ਨੇ ਕਿਹਾ ਕਿ ਕਾਰ ਚਲਾਉਂਦੇ ਸਮੇਂ ਨਾ ਹੀ ਤੁਸੀਂ ਕਿਸੇ ਨੂੰ ਟੈਕਸਟ ਭੇਜ ਸਕਦੇ ਹੋ, ਨਾ ਹੀ ਆਪਣੀਆਂ ਐਪਸ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਬਰਾਊਜ਼ ਕਰ ਸਕਦੇ ਹੋ, ਅਤੇ ਜੇਕਰ ਤੁਸੀਂ ਆਪਣੇ ਦੋਨੇ ਈਅਰਫੋਨ ਕੰਨਾਂ ਦੇ ਵਿੱਚ ਲਾਉਣੇ ਹੋ ਤਾਂ ਇਹ ਵੀ ਜੁਰਮਾਨੇ ਦੇ ਅੰਦਰ ਆਵੇਗਾ ਅਤੇ ਸਿਰਫ ਇੱਕ ਈਅਰਫੋਨ ਹੀ ਤੁਸੀਂ ਲਾ ਸਕਦੇ ਹੋ। ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਗੱਡੀ ਚਲਾਉਂਦੇ ਹੋਏ ਫੋਨ 'ਤੇ ਅਕਸਰ ਲੋਕ ਟੈਕਸਟ ਮੈਸੇਜ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਬਰਾਊਜ਼ ਕਰਦੇ ਰਹਿੰਦੇ ਹਨ, ਜਿਸ ਦੇ ਕਾਰਨ ਉਹਨਾਂ ਦਾ ਧਿਆਨ ਹਟਦਾ ਹੈ ਅਤੇ ਜੇਕਰ ਇੱਕ ਸੈਕਿੰਡ ਦੇ ਲਈ ਵੀ ਧਿਆਨ ਹਟ ਜਾਵੇ ਤਾਂ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਜਾਂਦਾ ਹੈ। ਇਹ ਨਵੇਂ ਨਿਯਮ 1 ਜਨਵਰੀ 2017 ਤੋਂ ਕੈਲੀਫੋਰਨੀਆ ਦੇ ਵਿੱਚ ਲਾਗੂ ਹੋ ਜਾਣਗੇ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 65 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 45 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋਅ। ਸਟੋਕਟਨ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ ਰਹੇਗਾ। ਮੋਡੈਸਟੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਫਰੈਜ਼ਨੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋਅ। ਬੇਕਰਫੀਲਡ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ। ਲੋਸ ਏਂਜਲਸ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋਅ ਰਹੇਗਾ। ਟਰਕੀ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋਅ। ਸਾਊਥ ਲੇਕ ਟਾਹੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋਅ। ਸਿਆਟਲ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋਅ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋਅ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 32 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋਅ। ਸ਼ਿਕਾਗੋ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋਅ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋਅ ਰਹੇਗਾ। ਵਿਨੀਪੈਗ ਦੇ ਵਿੱਚ -7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -19 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋਅ। ਵੈਨਕੂਵਰ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋਅ। ਪੰਜਾਬ ਅੰਮ੍ਰਿਤਸਰ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋਅ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 34 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋਅ। ਲੰਡਨ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋਅ। ਬਰਲਿਨ ਜਰਮਨੀ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋਅ। ਅਤੇ ਫਰਾਂਸ ਪੈਰਿਸ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋਅ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 111 ਅੰਕਾਂ ਦੀ ਗਿਰਾਵਟ ਦੇ ਨਾਲ 19,833.68 ਤੇ ਬੰਦ ਹੋਇਆ। ਨੈਸਡੈਕ 48 ਅੰਕਾਂ ਦੀ ਗਿਰਾਵਟ ਦੇ ਨਾਲ 5,4,36.56 ਤੇ ਬੰਦ ਹੋਇਆ। S&P 18 ਅੰਕਾਂ ਦੀ ਗਿਰਾਵਟ ਦੇ ਨਾਲ 2,59.92 ਤੇ ਬੰਦ ਹੋਇਆ। ਅਤੇ ਵਿਲਸ਼ਾਇਰ 5,000 207 ਅੰਕਾਂ ਦੀ ਗਿਰਾਵਟ ਦੇ ਨਾਲ 23,525.65 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਨੈੱਟਫਲਿਕਸ ਦਾ ਰਿਹਾ, ਜਿਸ ਦੀ ਕੀਮਤ 125.85 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ 1 US ਡਾਲਰ ਦੀ ਕੀਮਤ ਰਹੀ 68.20 ਰੁਪਏ, 1 ਕੈਨੇਡੀਅਨ ਡਾਲਰ ਦੀ ਕੀਮਤ ਰਹੀ 50.35 ਰੁਪਏ, 1 ਬ੍ਰਿਟਿਸ਼ ਪਾਊਂਡ ਦੀ ਕੀਮਤ ਰਹੀ 83.50 ਰੁਪਏ, 1 ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 59.09 ਰੁਪਏ, 1 ਯੂਰੋ ਦੀ ਕੀਮਤ ਰਹੀ 71.17 ਰੁਪਏ, 1 ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 47.21 ਰੁਪਏ, 1 ਸਿੰਗਾਪੁਰ ਡਾਲਰ ਦੀ ਕੀਮਤ ਰਹੀ 47.03 ਰੁਪਏ, 1 ਬਹਿਰੀਨੀ ਦਿਨਾਰ ਦੀ ਕੀਮਤ ਰਹੀ 180.85 ਰੁਪਏ, ਅਤੇ 1 ਕੁਵੈਤੀ ਦਿਨਾਰ ਦੀ ਕੀਮਤ ਰਹੀ 222.77 ਰੁਪਏ। ਸੋਨੇ ਦਾ ਰੇਟ $1,148.20 ਪਰ ਔਂਸ ਰਿਹਾ ਅਤੇ ਚਾਂਦੀ $16.12 ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਫੀਡਬੈਕ ਦੇਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408-272-5100 ਦੇ ਉੱਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।